ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ ਧੰਨਵਾਦ ਹੈ ਚਰਚਾ ਹਦੀਨ ਹੈ ਕੋਮੀ ਇਨਸਾਫ ਮੋਰਚਾ ਜੋ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਤੇ ਲਗਾ ਹੋਇਆ ਹੈ ਉਹਨਾਂ ਦੀਆਂ ਚਾਰ ਮੰਗਾਂ ਹਨ ਉਸ ਮੋਰਚੇ ਉੱਪਰ ਕਿਦਾਂ ਦਾ ਵਾਤਾਵਰਣ ਹੈ ਔਰ ਉਥੇ ਕੀ ਕੁਝ ਵਿਚਰ ਰਿਹਾ ਹੈ ਉਸ ਬਾਰੇ ਤੇ ਉਹਨਾਂ ਦੀਆਂ ਚਾਰ ਮੰਗਾਂ ਬਾਰੇ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਕਿ ਅਸੀਂ ਇਸ ਦੀ ਚਰਚਾ ਸ਼ੁਰੂ ਕਰੀਏ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਦਾ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਮਿਲੇ ਔਰ ਇਸ ਦੀ ਕਮੈਂਟ ਪੱਟੀ ਵਿੱਚ ਆਪਣੇ ਵਿਚਾਰ ਜ਼ਰੂਰ ਦਰਜ ਕਰੋ ਔਰ ਆਪਣੇ ਸਬੰਧੀਆਂ ਮਿੱਤਰਾਂ ਨਾਲ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਆਜ਼ਾਦ ਪੱਤਰਕਾਰੀ ਨੂੰ ਤੁਹਾਡਾ ਹੰਗਾਰਾ ਮਿਲੇ ਹੁਣ ਅੱਜ ਪੂਰੇ 15 ਦਿਨ ਹੋ ਗਏ ਹਨ ਕੌਮੀ ਇਨਸਾਫ ਮੋਰਚੇ ਦੇ ਜਿਹੜਾ ਕਿ ਚੰਡੀਗੜ੍ਹ ਮੋਹਾਲੀ ਦੇ ਬਾਉਂਡਰ ਉੱਪਰ ਜੋ 35 36 ਵਾਲੀ ਸੜਕ ਮੋਹਾਲੀ ਵੱਲ ਜਾਂਦੀ ਹੈ ਉਹਦੇ ਉੱਪਰ ਲੱਗਾ ਹੋਇਆ ਔਰ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਵੱਲੋਂ ਸੀਲ ਕਰ ਦਿੱਤਾ ਹੈ ਤਾਂ ਜਿਹੜਾ ਵੀ ਉਸ ਮੋਰਚੇ ਤੇ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਪਰ ਉਸ ਨੂੰ ਜੇ ਉਹ ਚੰਡੀਗੜ੍ਹੋਂ ਜਾਂਦਾ ਤਾਂ ਹੁਕਮ ਕੇ ਜਾਣਾ ਪੈਂਦਾ ਸੋ ਹੁਣ ਉੱਥੇ ਕੋਈ ਬਹੁਤ ਜ਼ਿਆਦਾ ਸਿਕਿਉਰਿਟੀ ਨਹੀਂ ਹੈ ਉੱਥੇ ਤੁਹਾਨੂੰ ਅਸੀਂ ਦੱਸਾਂਗੇ ਕਿ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਆਂ ਤੇ ਇੱਕ ਵੱਡਾ ਟੈਂਟ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਉਹ ਪ੍ਰਕਾਸ਼ ਕੀਤਾ ਹੋਇਆ ਉਸ ਦਾ ਤੁਹਾਨੂੰ ਅਸੀਂ ਇੱਥੇ ਚਿੱਤਰ ਦਿਖਾਵਾਂਗੇ ਤੁਸੀਂ ਦੇਖਿਓ ਔਰ ਉਹਦੇ ਵਿੱਚ ਸਾਈਡ ਤੇ ਲਾਉਡ ਸਪੀਕਰ ਲੱਗੇ ਹਨ ਜਿਨ੍ਹਾਂ ਉੱਪਰ ਜਿਨ੍ਹਾਂ ਵੀ ਬੁਲਾਰਿਆਂ ਨੂੰ ਉੱਥੋਂ ਦੀ ਜਿਹੜੀ ਕਮੇਟੀ ਹੈ ਨੋ ਮੈਂਬਰੀ ਜਿਹੜੀ ਇਸ ਕੋਮੀਨਸਾਫ ਮੋਰਚੇ ਦਾ ਸਾਰਾ ਪ੍ਰਬੰਧ ਲੁੱਕ ਆਫਟਰ ਕਰਦੀ ਹੈ ਜਿਨੂੰ ਆਗਿਆ ਦਿੰਦੇ ਹਨ ਉਹ ਆਪਣੇ ਵਿਚਾਰ ਪੇਸ਼ ਕਰਦਾ ਹੈ ਔਰ ਉੱਥੇ 24 ਘੰਟੇ ਲੰਗਰ ਚਾਲੂ ਹੋ ਚੁੱਕਾ ਹੈ ਔਰ ਉਸ ਲੰਗਰ ਵਿੱਚ ਜਿੱਥੇ ਇਸ ਪ੍ਰੋਟੈਸਟ ਵਿੱਚ ਹਾਜ਼ਰ ਜੋ ਦਿਨ ਰਾਤ ਸੰਗਤਾਂ ਇੱਥੇ ਰਹਿੰਦੀਆਂ ਹਨ ਪ੍ਰੋਟੇਸਟਰਸ ਪਿੰਡਾਂ ਵਿੱਚੋਂ ਆਏ ਹੋਏ ਹਨ ਉਹਨਾਂ ਲਈ ਲੰਗਰ ਹੈ ਚਾਹ ਪਾਣੀ ਦਾ ਇੰਤਜ਼ਾਮ ਹੈ ਔਰ ਇਹ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈ ਉੱਡ ਤੁਸੀਂ ਇਹ ਦੇਖੋਗੇ ਕਿ ਇਸ ਮੋਰਚੇ ਵਿੱਚ ਇਸਤਰੀਆਂ ਵੱਡੀ ਉਮਰ ਦੀਆਂ ਨੌਜਵਾਨ ਬੱਚੇ ਔਰ ਏਸੀ ਤਰ੍ਹਾਂ ਹੀ ਬਜ਼ੁਰਗ ਮਰਦ ਜਵਾਨ ਮਰਦ ਉਹ ਸਾਰੇ ਬੜੇ ਜੋਸ਼ ਨਾਲ ਹਿੱਸਾ ਲੈ ਰਹੇ ਹਨ ਅਤੇ ਅੰਦਰ ਜੋ ਪਾਸ਼ਨ ਹੁੰਦੇ ਹਨ ਉਹ ਬੜੇ ਤਿੱਖੇ ਵੀ ਹੁੰਦੇ ਹਨ ਗਰਮ ਵੀ ਹੁੰਦੇ ਹਨ ਔਰ ਉਹਨਾਂ ਚ ਮੰਗ ਕੀ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਚਾਰ ਮੰਗਾਂ ਹਨ ਪਹਿਲੀ ਮੰਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਏ ਜਿਹੜੇ ਆਪਣੀ ਕੈਦ ਪੂਰੀ ਕਰ ਚੁੱਕੇ ਹਨ ਪਰੰਤੂ ਉਹ ਜੇਲਾ ਵਿੱਚ ਰੋਲ ਰਹੇ ਹਨ ਔਰ ਕਈਆਂ ਨੂੰ 5 ਸਾਲ ਹੋ ਗਏ ਹਨ ਕੈਦ ਪੂਰੀ ਹੋਈ ਨੂੰ ਕਈਆਂ ਦੇ 10 ਸਾਲ ਹੋ ਗਏ ਹਨ ਔਰ ਇਸ ਪ੍ਰਕਾਰ ਜੋ ਲਿਸਟ ਐਸਜੀਬੀਸੀ ਨੇ ਬਣਾਈ ਹੈ ਉਹ ਕੋਈ ਬਾਈ ਬੰਦੀ ਸਿੰਘਾਂ ਦੀ ਹੈ ਪਰ ਜਿਹੜੀ ਪੰਥਕ ਲਿਸਟ ਹੈ ਜਿਹੜੀ ਕਿ ਹੋਰ ਵੀ ਪੂਰੀ ਆਕਟਲ ਪਾਰਟੀਆਂ ਨੇ ਜਿਹੜੀਆਂ ਸਿੱਖ ਧਰਮ ਨਾਲ ਸੰਬੰਧ ਰੱਖਦੀਆਂ ਹਨ ਉਹਨਾਂ ਨੇ ਬਣਾਈ ਆ ਉਹਦੇ ਵਿੱਚ ਇਹਨਾਂ ਦੀ ਗਿਣਤੀ ਸ਼ਾਇਦ 100 ਤੋਂ ਜ਼ਿਆਦਾ ਹੈ ਔਰ ਇਹ ਜੋ ਬੰਦੀ ਸਿੰਘ ਹਨ ਇਹ ਸਿਰਫ ਪੰਜਾਬ ਦੀਆਂ ਜੇਲਾਂ ਵਿੱਚ ਨਹੀਂ ਹਨ ਇਹ ਚੰਡੀਗੜ੍ਹ ਦੀਆਂ ਜੇਲਾਂ ਔਰ ਦਿੱਲੀ Madhya Pradesh Rajasthan ਤੇ Karnataka ਸੋ ਇਹਦੇ ਕਈ ਪ੍ਰਾਂਤਾਂ ਵਿੱਚ ਜੇਲਾਂ ਵਿੱਚ ਉਹ ਇਕਾਂਤ ਜੀਵਨ ਜੋ ਕਿ ਬੜਾ ਔਖਾ ਹੁੰਦਾ ਹੈ ਘਟਣਾ ਉਹ ਕਟ ਰਿਆਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਦੂਸਰੀ ਮੰਗ ਹੈ ਬੇਬਲ ਕਲਾ ਪੁਲਿਸ ਗੋਲੀकांड ਜਿਸ ਵਿੱਚ ਕੇ ਦੋ ਵਿਅਕਤੀਆਂ ਸਿੰਘਾਂ ਦੀ ਸ਼ਹੀਦੀ ਹੋ ਗਈ ਉਹਨਾਂ ਲਈ ਨਿਆਂ ਮੰਗ ਰਹੇ ਹਨ ਫਿਰ ਬੇਅਦਬੀ ਦੇ ਮਾਮਲੇ ਹਨ ਜੋ ਕਿ ਬਰਗਾੜੀ ਉੱਪਰ ਜੋ ਮੋਰਚਾ ਲੱਗਾ ਹੋਇਆ ਉਹ ਵੀ ਮੋਰਚਾ ਬੜਾ ਪੁਰਾਣਾ ਹੋ ਗਿਆ ਉਸ ਮੋਰਚੇ ਦੀਆਂ ਮੰਗਾਂ ਵੀ ਇਸ ਕੋਮੇ ਇਨਸਾਫ ਮੋਰਚੇ ਦੀਆਂ ਮੰਗਾਂ ਬਣ ਗਿਆ ਔਰ ਇੱਕ ਧਾਰਮਿਕ ਮੰਗ ਹੈ ਬਿਲਕੁਲ ਹੀ ਧਾਰਮਿਕ ਇਹਦਾ ਪੋਲਿਟਿਕਸ ਨਾਲ ਕੋਈ ਸਬੰਧ ਨਹੀਂ ਗੁੰਮਸ਼ਦਾ 322 ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਜਾਂਚ ਕੀਤੀ ਹੈ ਅਤੇ ਨਾ ਹੀ ਇਸ ਦਾ ਕੋਈ ਐਫ ਆਈ ਆਰ ਦਰਜ ਕਰਾਈ ਹੈ ਉਹਨਾਂ ਦੀ ਮੰਗ ਹੈ ਕਿ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਰੂਪ ਕੋਣ ਚੋਰੀ ਕਰਕੇ ਲੈ ਗਿਆ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਮੁੱਖ ਰੱਖ ਕੇ ਜੋ ਕੋਮੀ ਇਨਸਾਫ ਮੋਰਚਾ ਬਣਾਇਆ ਗਿਆ ਹੈ ਉਸ ਦੇ ਕਰਤਾ ਤਰਤਾ ਕਹ ਲਈਏ ਚੇਅਰਮੈਨ ਕਹ ਲਈਏ ਤੇ ਨੋਮੈਂਬਰੀ ਕਮੇਟੀ ਦੇ ਅਧਿਐਕਸ਼ ਕਹ ਲਈਏ ਉਹ ਹਨ ਗੁਰਪਚੰਦ ਸਿੰਘ ਜੀ ਹਵਾਰਾ ਜੋ ਕਿ ਜਗਦਾਰ ਸਿੰਘ ਹਵਾਰਾ ਦੇ ਧਰਮ ਪਿਤਾ ਹਨ ਉਹਨਾਂ ਦੇ ਆਪਣੇ ਪਿਤਾ ਦੀ 1976 ਚ ਦਿਹਾਂਤ ਹੋ ਗਿਆ ਸੀ ਸੋ ਉਹਨਾਂ ਦੇ ਪਿਤਾ ਇਸ ਮੋਰਚੇ ਨੂੰ ਲੀਡ ਕਰ ਰਹੇ ਆ ਇਸ ਮੋਰਚੇ ਨੇ 15 ਦਿਨ ਵਿੱਚ ਇਕੱਠ ਵਿੱਚ ਗਿਣਤੀ ਬਹੁਤ ਵਧ ਗਈ ਹੈ ਇੱਕ ਚੌਂਕ ਤੱਕ ਪੂਰੇ ਹੁਣ ਟੈਂਟ ਲੱਗ ਗਿਆਨ ਔਰ ਪਰਮਨੈਂਟ ਛੱਪਰ ਪੈ ਰਹੇ ਹਨ ਸਰਦੀ ਬਹੁਤ ਹੈ ਇਸ ਲਈ ਪਿੰਡਾਂ ਚੋ ਲੋਕ ਟਰੈਕਟਰ ਟਰਾਲੀਆਂ ਲਿਆਏ ਹਨ ਜਿਸ ਤਰ੍ਹਾਂ ਕਿ ਦਿੱਲੀ ਦੀਆਂ ਬਰੂਆਂ ਤੇ ਸੀਗਾ ਉਸੇ ਤਰ੍ਹਾਂ ਦਾ ਰੈਪਲੀਕੇਟ ਅਸੀਂ ਕਹਿ ਲઈએ ਉਸ ਨੂੰ ਮੁੜ ਦਰਾਇਆ ਜਾ ਰਿਹਾ ਔਰ ਜਿਹੜੇ ਹੁਣ ਆਏ ਹਨ ਟਰੈਕਟਰ ਟਰਾਲੀਆਂ ਉਹਨਾਂ ਵਿੱਚ ਬਕਾਇਦਾ ਉਹਨਾਂ ਦੇ ਦਰਵਾਜ਼ੇ ਲੱਗੇ ਹੋਏ ਹਨ ਉਹਨਾਂ ਨੂੰ ਤਾਲਾ ਲੱਗ ਜਾਂਦਾ ਹੈ ਔਰ ਉਹਨਾ ਵਿੱਚ ਬਿਜਲੀ ਲਈ ਟੈਂਪਰੇਰੀ ਬਿਜਲੀ ਦਾ ਵੀ ਅਰੇਂਜਮੈਂਟ ਕੱਲ ਸ਼ੁਰੂ ਹੋ ਗਿਆ ਸਾਰੀਆਂ ਟਰਾਲੀਆਂ ਵਿੱਚ ਤੇ ਸਾਰੇ ਟੈਂਟਾਂ ਵਿੱਚ ਬਿਜਲੀ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਕਾਰੀਗਰ ਕੰਮ ਕਰ ਰਹੇ ਹਨ ਉੱਥੇ ਐਂ ਲੱਗਦਾ ਕਿ ਜਿਵੇਂ ਇੱਕ ਬਹੁਤ ਵੱਡੀ ਵਰਕਸ਼ਾਪ ਚੱਲ ਰਹੀ ਹੈ ਕਿਧਰੇ ਵੈਲਡਿੰਗ ਹੋ ਰਹੀ ਹੈ ਕਿਧਰੇ ਛੱਪਰ ਪੈ ਰਹੇ ਹਨ ਟਿੰਡ ਦੇ ਛੱਪਰਾਂ ਦੇ ਕਮਰੇ ਬਣ ਰਹੇ ਹਨ ਕਿਧਰੇ ਟੈਂਟ ਲੱਗ ਰਹੇ ਹਨ ਔਰ ਕੱਲ ਨਿਆੰਗ ਸਿੰਘਾਂ ਦਾ ਇੱਕ ਬਹੁਤ ਵੱਡਾ ਜੱਥਾ ਵੀ ਹਾਜ਼ਰ ਹੋ ਗਿਆ ਉੱਥੇ ਪਾਰਟਿਸਿਪੇਟ ਕਰਨ ਲਈ ਔਰ ਨਿਆੰਗ ਜੱਥਾ ਨੇ ਕੋੜਿਆਂ ਤੇ ਨਗਾਰਿਆਂ ਨੇ ਇੱਕ ਵੱਖਰੀ ਕਿਸਮ ਦਾ ਉੱਥੇ ਨਜ਼ਾਰਾ ਕ੍ਰੀਏਟ ਕੀਤਾ ਹੈ ਔਰ ਉੱਥੇ ਜਿਹੜੇ ਨਿਆੰਗ ਹਨ ਉਹ ਆਪਣੇ ਲੰਗਰੀ ਸੋਟੇ ਵਿੱਚ ਤੁਸੀਂ ਜਿਵੇਂ ਆ ਉੱਪਰ ਚਿੱਤਰ 'ਚ ਦੇਖੋਗੇ ਉਹ ਬਰਨਾਕ ਦੇ ਰਸਤ ਘੋੜਿਆਂ ਲਈ ਸਪੈਸ਼ਲ ਰਸਤ ਬਣਾਉਂਦੇ ਹਨ ਉਹਦੇ ਵਿੱਚ ਉਹਨਾਂ ਨੇ ਕੱਲ ਮੈਂ ਦੇਖ ਰਿਹਾ ਸੀ ਉਹਨਾਂ ਨੇ 2 2.5 ਕਿਲੋ ਮਿਰਚਾਂ ਪਾਈਆਂ ਪਿਆਜ਼ ਪਾਏ ਲਸਣ ਪਾਏ ਅਦਰਕ ਪਾਏ ਤੇ ਮੈਂ ਪੁੱਛਿਆ ਨਿਆੰਗ ਸਿੰਘ ਜੀ ਇਹ ਕੀ ਹੈ ਮੈਂ ਇਸ ਪ੍ਰਭਾਵ ਚ ਸੀਗਾ ਕਿ ਉਹ ਦੇਗ ਬਣਾ ਰਹੇ ਹਨ ਜਿਹਦੇ ਵਿੱਚ ਉਹ ਚਾਰ ਮਗਜ ਬਦਾਮ ਪਾਉਂਦੇ ਹਨ ਤੋਂ ਹੋਰ ਮੇਵੇ ਪਾਉਂਦੇ ਆਂ ਤੇ ਫਿਰ ਥੋੜੀ ਜੀ ਭੰਗ ਬੂਟੀ ਵੀ ਪਾਉਂਦੇ ਆਂ ਉਹਨੇ ਕਿਹਾ ਵੀ ਇਹ ਸਾਡੇ ਘੋੜਿਆਂ ਦੀ ਖੁਰਾਕ ਬਣ ਰਹੀ ਹੈ ਮਹੀਨੇ 'ਚ ਇੱਕ ਦਿਨ ਇਹ ਦੇਣ ਨਾਲ ਉਹਨਾਂ ਦਾ পেট ਔਰ ਸੇ ਠੀਕ ਰਹਿੰਦੀ ਹੈ ਸੁਸਤ ਰਹਿੰਦੀ ਹੈ ਉੱਥੇ ਘੋੜਿਆਂ ਨੇ ਤੇ ਨਿਆਂਗਾਂ ਨੇ ਇੱਕ ਵੱਖਰੀ ਕਿਸਮ ਦਾ ਜਲਾਓ ਲੈ ਆਂਦਾ ਹੈ ਚਾਹ ਦੇ ਨਿਆਂਗਾਂ ਦੇ ਵੀ ਲੰਗਰ ਲੱਗ ਗਿਆ ਹਨ ਅਤੇ ਦੂਸਰੇ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਇੱਕ ਵੱਡਾ ਲੰਗਰ ਲਗਾਇਆ ਗਿਆ ਹੈ ਉੱਥੇ ਚਾਹ ਵੀ ਮਿਲ ਰਹੀ ਹੈ ਲੰਗਰ ਉਹਦੇ ਵਿੱਚ ਖੀਰਾ ਤੇ ਸਾਰੇ ਕੰਮ ਸਵਾਦਿਸ਼ ਲੰਗਰ ਤਿਆਰ ਹੋ ਰਹੇ ਹਨ ਇਹ ਸਾਰੇ ਲੰਗਰ ਪਿੰਡਾਂ ਦੀਆਂ ਜੋ ਬੀਬੀਆਂ ਆਇਆਂ ਹიან ਇਸ ਪ੍ਰੋਟੈਸਟ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਬਣਾਉਂਦੀਆਂ ਬਰਤਨਾਂ ਦੀ ਸਫਾਈ ਦੀ ਜ਼ਿੰਮੇਵਾਰੀ ਵੀ ਇਸਤਰੀਆਂ ਉੱਪਰ ਹੀ ਹੈ ਔਰ ਇਹ ਨਜ਼ਾਰਾ ਇੱਕ ਦੇਖਣ ਵਾਲਾ ਨਜ਼ਾਰਾ ਹੈ ਕਿ ਇੱਕ ਨਵਾਂ ਪਿੰਡ ਜਿਹੜਾ ਉੱਥੇ ਕ੍ਰੀਏਟ ਹੋ ਚੁੱਕਾ ਹੈ ਮੈਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਹੈ ਕਿ ਪੰਥ ਹੈਗੀ ਅਸੀਂ ਪੰਥ ਸਮਝਦੇ ਆਂ ਵੀ ਇਹ ਜਿਹੜੇ ਅਕਾਲੀ ਲੀਡਰ ਨੇ ਪੰਥ ਇਹ ਪੰਥ ਨਹੀਂ ਹਨ ਪੰਥ ਦੇਖਣਾ ਹੈ ਤਾਂ ਫਿਰ ਤੁਸੀਂ ਇਸ ਵੈਨਿਊ ਤੇ ਜਾਓ ਤੇ ਤੁਹਾਨੂੰ ਪਤਾ ਲੱਗੇਗਾ ਕੇ ਲੋਕ ਬਿਨਾ ਲਾਲਚ ਬਿਨਾ ਕਿਸੇ ਉਹਦੇ ਉਥੇ ਮਿਹਨਤ ਕਰ ਰਿਹਾ ਹੈ ਕੋਈ ਸਫਾਈ ਕਰ ਰਿਹਾ ਹੈ ਔਰ ਤੁਸੀਂ ਇਸ ਫੋਟੋ ਰਾਈਂ ਦੇਖੋਗੇ ਇੱਕ ਨਿਹੰਗ ਸਾਹਿਬ ਉਹਨਾਂ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਉਹ ਦੱਸਣ ਉਹਨਾਂ ਦਾ ਨਾਮ ਕੀ ਹੈ ਉਹ ਬੋਲਦੇ ਹੀ ਨਹੀਂ ਉਹਨਾਂ ਨੇ ਬੋਰਡ ਲਗਾਇਆ ਹੋਇਆ ਜਿਵੇਂ ਫੋਟੋ ਚ ਦਿਖ ਰਿਹਾ ਜੁੱਤੀਆਂ ਗੰਡ ਰਹੇ ਜੁੱਤੀਆਂ ਪਾਲਿਸ਼ ਕਰਦੇ ਕਿਸੇ ਨੇ ਪੈਂਟ ਨੂੰ ਜਿਪ ਲਵਾਣੀ ਹੈ ਕਿਸੇ ਨੇ ਕੱਪੜਾ ਸਵਾਣਾ ਕਢਾਈ ਕੋਈ ਉੱਤੇ ਕਰਨੀ ਹੈ ਕਿਸਦਾ ਫਟ ਗਿਆ ਔਰ ਉਹ ਸਾਰੇ ਕੰਮ ਇੱਕ ਸੇਵਾ ਦੇ ਰੂਪ ਵਿੱਚ ਉਸ ਗੁਰੂ ਨਾਨਕ ਦੇਵ ਜੀ ਨੇ ਜੋ ਸੇਵਾ ਸ਼ੁਰੂ ਕੀਤੀ ਸੀ ਸਿੱਖਾਂ ਨੂੰ ਜੋ ਅਸੀਸ ਦਿੱਤੀ ਸੀ ਉਹ ਸੇਵਾ ਭਾਵਨਾ ਨਾਲ ਤੇ ਵੰਡ ਕੇ ਛਕਣ ਦੀ ਭਾਵਨਾ ਨਾਲ ਉੱਥੇ ਸੰਗਤਾਂ ਕੰਮ ਕਰ ਰਹੀਆਂ ਹਨ ਔਰ ਦੂਰੋਂ ਦੂਰੋਂ ਯਾਨੀ ਫਿਰੋਜ਼ਪੁਰ ਦਾ బోర్ਡ ਲੱਗਾ ਸੀ ਉੱਥੇ ਜਲੰਧਰ ਦਾ ਲੁਧਿਆਣੇ ਦਾ ਔਰ ਬਟਾਲੇ ਦਾ ਔਰ ਕਈ ਹੋਰ ਥਾਵਾਂ ਤੋਂ ਸੰਗਤਾਂ ਆਪਣੇ ਟਰੈਕਟਰ ਟਰਾਲੀਆਂ ਲਿਆ ਕੇ ਅਤੇ ਨਾਲ ਹੀ ਆਪਣੇ ਟੈਂਟ ਲਗਾ ਰੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਬੜੀ ਜਲਦੀ ਇਹ ਅਗਲੇ ਚੌਂਕ ਵਿੱਚ ਪਹੁੰਚ ਜਾਏਗੀ ਪਿੰਡਾਂ ਜੋ ਲੋਕ ਆਪ ਮੁਹਾਰੇ ਆ ਰਹੇ ਹਨ ਔਰ ਇਹਨਾਂ ਚਾਰ ਮੰਗਾ ਦੀ ਜਿਹੜੀ ਲੜਾਈ ਹੈ ਇਹ ਪੰਥਕ ਲੜਾਈ ਹੈ ਅਸਲੀ ਔਰ ਉੱਥੇ ਜਿਹੜੇ ਵਿਦਵਾਨਾਂ ਨੂੰ ਉੱਥੇ ਕੁੰਮਰੇਨ ਅਸੀਂ ਲੀਡਰਾਂ ਨੂੰ ਪੁੱਛਿਆ ਨਿਆਂਗਾ ਦੇ ਸਰਤਾਜ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਵੀ ਹੁਣ ਅਸੀਂ ਵਾਪਸ ਨਹੀਂ ਜਾਵਾਂਗੇ ਜਿੰਨੀ ਦੇਰ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਕੈਦਾਂ ਪੂਰੀਆਂ ਕਰ ਚੁੱਕਿਆ ਹੁਣ ਉਹਨਾਂ ਨੂੰ ਜੇਲਾ ਵਿੱਚ ਬੰਦ ਰੱਖ ਕੇ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਉਹ ਉਹਨਾਂ ਨੇ ਹੁਣ ਬਹੁਤ ਲੰਮੇ ਸਮੇਂ ਤੱਕ ਨਹੀਂ ਖੇਡਣ ਦੇਣੀ ਔਰ ਇਵੇਂ ਲੱਗਿਆ ਮੈਨੂੰ ਮੈਂ ਕਈਆਂ ਨਾਲ ਜਿਹੜੀ ਗੁਪਤ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਇੱਥੇ ਅਸੀਂ ਕਾਫੀ ਲੰਮਾ ਸਮਾਂ ਇੱਥੇ ਮੋਰਚਾ ਰੱਖਾਂਗੇ ਪਰ ਇਸ ਤੋਂ ਬਾਅਦ ਅਸੀਂ ਮੋਰਚਾ ਜੇ ਸਰਕਾਰਾਂ ਨੇ ਸਾਡੀ ਨਾ ਸੁਣੀ ਤੇ ਫਿਰ ਸ਼ਾਇਦ ਦਿੱਲੀ ਨੂੰ ਵੀ ਮੋਰਚਾ ਸ਼ਿਫਟ ਕੀਤਾ ਜਾਏਗਾ ਕੱਲ ਪੰਥ ਕ ਕਾਲੀ ਲਹਿਰ ਜੋ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਦੀ ਪੋਲੀਟਿਕਲ ਪਾਰਟੀ ਹੈ ਉਹਦਾ ਵੀ ਗੱਲ ਉਥੇ ਮੁਹੱਲੀ ਵਾਲੇ ਉਹਨਾਂ ਦੇ ਯੂਨਿਟ ਵੱਲੋਂ ਇੱਕ ਉਹਨਾਂ ਨੇ ਕਮਰਾ ਬਣਾਉਣਾ ਸ਼ੁਰੂ ਕੀਤਾ ਟਿੰਦਾ ਤੇ ਕੁਝ ਹੀ ਦਿਨਾ ਚ ਜਿਹੜੇ ਉਹ ਆ ਜਾਣਗੇ ਇੱਥੇ ਤੇ ਇੱਥੇ ਆ ਕੇ ਉਹ ਵੀ ਇਸ ਮੋਰਚੇ ਵਿੱਚ ਯੋਗਦਾਨ ਪਾਣਗੇ ਔਰ ਇਸ ਮੋਰਚੇ ਵਿੱਚ ਹੁਣ ਤੀ ਜੋ ਇੱਕ ਘਟਨਾ ਵਾਪਰੀ ਹੈ ਉਹਦਾ ਵੀ ਥੋੜਾ ਜਿਹਾ ਸਵੇਰਵਾ ਦਿੰਨੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਜੀ ਇਸ ਮੋਰਚੇ ਤੇ ਬਿਨਾ ਇਨਵੀਟੇਸ਼ਨ ਦੇ ਬਿਨਾ ਆ ਗਿਆ ਲਿਆ ਆ ਗਏ ਮੋਰਚੇ ਦੇ ਵਰਦੰਗਾਂ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਤੇ ਉਹਨਾਂ ਨੂੰ ਜਿਹੜਾ ਅੰਦਰ ਪਲੇਟਫਾਰਮ ਹੈ ਜਿੱਥੇ ਮਾਈਕ ਲੱਗੇ ਹੋਏ ਹਨ ਉੱਥੋਂ ਉਹਨਾਂ ਨੂੰ ਭਾਸ਼ਣ ਦੇਣ ਦਾ ਔਰ ਸੰਗਤਾਂ ਨੂੰ ਡਰੈਸ ਕਰਨ ਦਾ ਉਹਨਾਂ ਨੇ ਉਹਨਾਂ ਨੂੰ ਆਗਿਆ ਦਿੱਤੀ ਪਰ ਜਦੋਂ ਉਹ ਜਾ ਰਹੇ ਸਨ ਵਾਪਸ ਤਾਂ ਉਸ ਸਮੇਂ ਉਹਨਾਂ ਤੋਂ ਕੁਝ ਨੌਜਵਾਨ ਸਵਾਲ ਪੁੱਛਣ ਲੱਗੇ ਵੀ ਇਹਦਾ ਜਵਾਬ ਦਿਓ ਉਹ ਜਿਹੜਾ ਸਵਾਲ ਜੋ ਸਨ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਗੁਮਸ਼ੁਦਾ ਹਨ اور ਬਾਕੀ ਜੋ ਫਾਇਰਿੰਗ ਹੋਈ ਹੈ ਬਾਬਲ ਕਲਾ ਦੇ ਸਿੱ ਦੋ ਨੌਜਵਾਨ ਸਿੱਖ ਸ਼ਹੀਦ ਹੋ ਗਏ ਉਹਨਾਂ ਦੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਜਦੋਂ ਇਹ ਫਾਇਰਿੰਗ ਹੋਈ ਉਹ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਉਹਨਾਂ ਦਾ ਸਟੇਟ ਦਾ ਡੀਜੀਪੀ ਜਿਹੜਾ ਸੀਗਾ ਉਹ ਸੁਮੇਦ ਸੈਣੀ ਸੀ ਸੋ ਜਿਹੜੀ ਅਜੀਤ ਜਸਟਿਸ ਅਜੀਤ ਸਿੰਘ ਕਮੇਟੀ ਬਣਾਈ ਗਈ ਇਨਵੈਸਟੀਗੇਸ਼ਨ ਲਈ ਜਸਟਿਸ ਰਜੀਤ ਸਿੰਘ ਹੋਰਾਂ ਨੇ ਉਸ ਦੀ ਇਨਵੈਸਟੀਗੇਸ਼ਨ ਕਰਕੇ ਜੋ ਉਹਦੇ ਵਿੱਚੋਂ ਲੱਭਦਾ ਲਿਆਂਦੀਆਂ ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਲੱਭਤ ਹੈ ਉਹਨਾਂ ਨੇ ਇਹ ਗਿਆ ਕਿ ਇਸ ਫਾਇਰਿੰਗ ਦਾ ਮੁਲਜਮ ਸੁਮੇਦ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਹਨ ਪਰ ਕੋਈ ਵੀ ਸਰਕਾਰ ਉਹਨਾਂ ਵੱਲ ਜਿਹੜੀ ਅਸੀਂ ਦੇਖਿਆ ਕਿਸੇ ਕਿਸਮ ਦੀ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਇਸ ਲਈ ਉਹ ਮੋਰਚਾ ਵੀ ਆਈ ਲੱਗਾ ਹੋਇਆ ਹੈ ਤੇ ਉਸ ਨੂੰ ਹੋਰ ਲੰਮਾ ਸਮਾਂ ਲੱਗ ਜਾਏਗਾ ਕਿਉਂਕਿ ਪੁਲਿਸ ਵਾਲੇ ਵੀ ਆਪਣੇ ਸਾਬਕਾ ਪੁਲਿਸ ਡੀਜੀਪੀ ਦੇ ਅਗੇਂਸਟ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਔਰ ਇਸ ਤੋਂ ਜਿਹੜੀ ਉਹਨਾਂ ਦੀ ਅਗਲੀ ਲਬਤ ਹੈ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਹਨ ਉਹਨਾਂ ਪਿੱਛੇ ਸਿਰਸੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪਾਰਟੀ ਤੇ ਉਸ ਦੇ ਬੰਦਿਆਂ ਦਾ ਹੱਥ ਹਨ ਉਹਦੇ ਕੁਝ ਜਿਹੜੇ ਸੀਗੇ ਪ੍ਰੇਮੀ ਅਰੇਸਟ ਵੀ ਹੋਏ ਸੀ ਇੱਕ ਪ੍ਰੇਮੀ ਦਾ ਕਤਲ ਵੀ ਹੋ ਗਿਆ ਇੱਕ ਦਾ ਜੇਲ੍ਹ 'ਚ ਕਤਲ ਹੋ ਗਿਆ ਸੋ ਇਸ ਪ੍ਰਕਾਰ ਜਿਹੜਾ ਸਿਰਸੇ ਵਾਲਾ ਬਾਬਾ ਉਹ ਵੀ ਬੜੀ ਤਾਕਤਵਰ ਹਸਤੀ ਹੈ ਉਹਦੇ ਅਗੇਂਸਟ ਵੀ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ ਨਾ ਬਾਦਲ ਸਰਕਾਰ ਸੀਗੀ ਕਿਉਂਕਿ ਉਹਦੀਆਂ ਵੋਟਾਂ ਬਹੁਤ ਹਨ ਤਾਂ ਇਹ ਜਿਹੜਾ ਬੇਅਦਬੀਆਂ ਦਾ ਗੇਸ ਹੈ ਇਦਾਂ ਹੀ ਲੜਕਦਾ ਜਾ ਰਿਹਾ ਹੈ ਔਰ ਕਿੱਥੇ ਇਹਨਾਂ ਸ਼ਹੀਦਾਂ ਨੂੰ ਤੇ ਜਿਹੜੀ ਨੌਕਰੀ ਦਿੱਤੀ ਸੀ ਇੱਕ ਬੱਚੇ ਨੂੰ ਉਸਨੇ ਉਹ ਨੌਕਰੀ ਵੀ ਰਜਾਇਨ ਕਰ ਦਿੱਤੀ ਹੈ ਕਿਉਂਕਿ ਉਸਨੇ ਏਸ਼ ਕਰਕੇ ਰਜਾਇਨ ਦਿੱਤੀ ਹੈ ਕਿ ਮੈਨੂੰ ਇਸ ਜਸਟਿਸ ਚਾਹੀਦਾ ਇਨਸਾਫ ਚਾਹੀਦਾ ਮੈਨੂੰ ਨੌਕਰੀ ਨਹੀਂ ਚਾਹੀਦੀ ਹੁਣ ਕਿੱਥੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਔਰ ਕਿੱਥੇ ਸਿਰਸੇ ਦੇ ਬਾਬਾ ਰਾਮ ਰਹੀਮ ਨੂੰ ਚੌਥੀ ਪੰਜਵੀਂ ਮਾਰੀ ਫਿਰ ਪ੍ਰੋਲ ਮਿਲ ਰਹੀ ਹੈ ਅੱਜ ਹੀ ਖਬਰ ਆਈ ਹੈ ਕਿ ਉਸ ਦੀ 40 ਦਿਨ ਦੀ ਪਰੋਲ ਫਿਰ ਹਰਿਆਣਾ ਸਰਕਾਰ ਨੇ ਸੈਂਕਸ਼ਨ ਕਰ ਦਿੱਤੀ ਹੈ ਇਹ ਬਹੁਤ ਵੱਡਾ ਸਿੱਖਾਂ ਨਾਲ ਵਿਤਕਰਾ ਵੀ ਹੈ ਅਤੇ ਸਿੱਖਾਂ ਦੇ ਇਹਨਾਂ ਦੇ ਜ਼ਖਮਾਂ ਤੇ ਲੋਨ ਛਿੰਕਣ ਵਾਲੀ ਵੀ ਗੱਲ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਦੀ बार-बार ਉਹਨੂੰ ਇਹ ਦੇਖ ਕੇ ਬਰੋਲ ਕਰਦਿਆਂ ਅੱਜ ਦੀ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ ਔਰ ਤੁਸੀਂ ਉੱਪਰ ਫੋਟੋਆਂ ਵਿੱਚ ਦੇਖੋਗੇ ਉੱਥੋਂ ਦਾ ਇਸ ਸਮੇਂ ਕੀ ਨਜ਼ਾਰਾ ਹੈ ਧੰਨਵਾਦ